ਘਰ ਦੇ ਕਹਿੰਦੇ ਜੀ ਮੁੰਡਾ ਕਾਲਾ ਹੋ ਗਿਆ ਇਸ ਕਰਕੇ ਅੱਜ ਹੁਸਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਆਪਣੇ ਹੁਸਨ ਦੇ ਮੈਂ ਇਕੱਲਾ ਹੀ ਨਹੀਂ ਕੰਮ ਕਰ ਰਿਹਾ ਕਿਉਂ ਦੇਖੋ ਵਿੱਚ ਗਾਂਧੀ ਦੇ ਤਿੰਨੇ ਜੇ ਅੰਦਰ ਤਾਂ ਨਹੀਂ ਕਹਿ ਸਕਦੇ ਜੇ ਅੰਦਰ ਮੰਮੀ ਬੈਠੀ ਹੈ ਨਹੀਂ ਤਾਂ ਕਹਿ ਦਿੰਦੇ ਐਨੀਵੇ ਦੇਖਦੇ ਹਾਂ ਤਾਂ ਕੀ ਰਿਜ਼ਲਟ ਨਿਕਲੂਗਾ ਇਹੋ ਜਿਹੇ ਕੰਮ ਘੱਟ ਹੀ ਕੀਤੇ ਆਪਾਂ ਵੈਸੇ ਫੇਸ ਪੈਕ ਲਾਉਣ ਤੋਂ ਬਾਅਦ ਮੂੰਹ ਸਾਰਿਆਂ ਦੇ ਦੇਖੋ ਕਿਵੇਂ ਚਮਕ ਰਹੇ ਨੇ ਅਸੀਂ ਖਾਸ ਤਿਆਰੀ ਕੀਤੀ ਸੀ ਅੱਜ ਰਿਸ਼ਤੇਦਾਰੀ 'ਚ ਚੱਲਿਆ ਹੁਣ ਅਸੀਂ ਗੱਡੀ ਹੈਗੀ ਆਪਣੀ ਪੂਰੀ ਐਨ ਘੈਂਟ ਮਸਟੈਂਗ ਮਰੂਤੀ ਏ ਸੀ ਵਾਲਾ ਘੈਂਟ ਹੈਗਾ ਬਾਕੀ ਸੜਕਾਂ ਦੇਖ ਲਓ ਤੁਸੀਂ ਸਟੇਬਲਾਈਜੇਸ਼ਨ ਤੋਂ ਦੇਖ ਲਓ ਵੀ ਸੜਕਾਂ ਦਾ ਬੁਰਾ ਹਾਲ ਹੀ ਆ ਬੰਪਰ ਹੀ ਬੰਪਰ ਬਣਾਇਆ ਪਿਆ ਥਾਂ ਥਾਂ 'ਤੇ ਕੋਈ ਵੀ ਲੋੜ ਨਹੀਂ ਹੈਗੀ ਇੰਨੇ ਬੰਪਰ ਬਣਾਉਣ ਦੀ ਰਿਸ਼ਤੇਦਾਰੀ ਚ ਬੈਠੇ ਬੈਠੇ ਜੀ ਅਸੀਂ ਕਟਾਣਾ ਸਾਹਿਬ ਜਾਂਦੇ ਹਾਂ ਤੇ ਉਹਨਾਂ ਦਾ ਮੋਟਰਸਾਈਕਲ ਚੱਕਿਆ ਕਟਾਣਾ ਸਾਹਿਬ ਗਏ ਮੱਥਾ ਟੇਕਿਆ ਕਟਾਣਾ ਸਾਹਿਬ ਘੈਂਟ ਸੀ ਅੱਜ ਜਦੋਂ ਅਸੀਂ ਮੱਥਾ ਟੇਕਣ ਲੱਗੇ ਤਾਂ ਸਾਰੇ ਕਹਿ ਰਹੇ ਸੀਗੇ ਵੀ ਪਹਿਲਾਂ ਮੂੰਹ ਟਕੋ ਫੇਰ ਗੁਰਦੁਆਰਾ ਸਾਹਿਬ ਅੰਦਰ ਜਾਓ ਬਹੁਤ ਜ਼ਿਆਦਾ ਗਰਮੀ ਐਨ ਸੇਕ ਪੈਂਦਾ ਵਾ ਉਦੋਂ ਬਾਅਦ ਜਦ ਅਸੀਂ ਵਾਪਸ ਆਉਣ ਲੱਗੇ ਤਾਂ ਇੱਕ ਕੁੜੀ ਨੇ ਉਹ ਕਹਿੰਦੀ ਵੀ ਉਹਨੇ ਫੋਨ ਕਰਨਾ ਸੀ ਘਰੇ ਕਿਤੇ ਤਾਂ ਮੈਂ ਕਿਹਾ ਲਿਆ ਫੋਨ ਕਰ ਲਾ ਉਦੋਂ ਬਾਅਦ ਮੈਂ ਸ਼ਰਨ ਦੇ ਪੈਰਾਂ 'ਚ ਦੇਖਿਆ ਤਾਂ ਸ਼ਰਨ ਦੇ ਪੈਰਾਂ ਦੇ ਵਿੱਚ ਹੋਰ ਕਿਸੇ ਦੀਆਂ ਚੱਪਲਾਂ ਪਾਈਆਂ ਹੋਈਆਂ ਮਤਲਬ ਗੁਰਦੁਆਰਾ ਸਾਹਿਬ 'ਚ ਪਹਿਲਾਂ ਵੜਨ ਤੋਂ ਪਹਿਲਾਂ ਜੋੜੇ ਖਾਨ ਜੋੜਾ ਘਰ ਹੁੰਦਾ ਜਿਹੜਾ ਉਹਦੇ ਵਿੱਚ ਜੋੜੇ ਜਮ੍ਹਾਂ ਕਰਾਤੇ ਸੀ ਅਸੀਂ ਆਪਣੇ ਦੋਨੇ ਜੁੱਤੀਆਂ ਤੇ ਉਦੋਂ ਤੇ ਚੱਪਲਾਂ ਪਾਈ ਖੜੀ ਮਾਂ ਕੀ ਚੱਪਲਾਂ ਪਾਈ ਕਹਿੰਦੀ ਮੈਨੂੰ ਧੁੱਪਾ ਲੱਗਦੀ ਸੀ ਫਰਸ਼ ਵਾਲਾ ਗਰਮ ਸੀਗਾ ਕਹਿੰਦੀ ਮੈਂ ਕਿਸੇ ਹੋਰ ਦੀਆਂ ਚੱਪਲਾਂ ਵਧੀਆ ਹੀ ਹੋਇਆ ਉਹ ਮੈਂ ਤਾਂ ਪਾਣੀ ਪੀਣ ਲਈ ਹਨਾ ਇਹਨੂੰ ਕੋਈ ਆਈਡੀਆ ਵੀ ਨਹੀਂ ਸੀ ਵੀ ਕਿਸੇ ਹੋਰ ਦੀ ਚੱਪਲ ਆ ਸਕਦੀ ਹੈ ਕੱਢਣੀ ਉੱਥੇ ਪਈਆਂ ਸੀ ਉੱਥੇ ਸਿੰਕ ਸੀ ਮੈਂ ਕਿਹਾ ਮੈਂ ਪਾਣੀ ਪੀ ਲਾ ਉੱਥੇ ਖੜ ਕੇ ਹਨਾ ਕੈਨੇਡਾ ਦੇ ਵਿੱਚ ਆਇਆ ਹੁੰਦਾ ਜਿਵੇਂ ਤੁਸੀਂ ਵਾਸ਼ਰੂਮ ਜਾਣਾ ਤਾਂ ਉਹਨਾਂ ਨੇ ਚੱਪਲਾਂ ਲਿਆ ਕੇ ਰੱਖੀਆਂ ਹੁੰਦੀਆਂ ਬਾਹਰ ਤਾਂ ਮੈਂ ਕਿਹਾ 1 ਮਿੰਟ ਲਈ ਪਾਉਣੀ ਆ ਉਹ ਮੈਂ ਭੁੱਲ ਗਈ ਕੱਢਣਾ ਮੈਨੂੰ ਨਹੀਂ ਤਾਂ ਨਹੀਂ ਕੌਨਸ਼ੀਅਸਲੀ ਤਾਂ ਨਹੀਂ ਪਾਈਆਂ ਸੀਗੀਆਂ ਵੀ ਚੱਪਲਾਂ ਕੌਨਸ਼ੀਅਸਲੀ ਤਾਂ ਨਹੀਂ ਪਾਈਆਂ ਸੀ ਤਾਂ ਉਹੀਆਂ ਪੈਰਾਂ 'ਚ ਪਾਈਆਂ ਮੈਂ ਤਾਂ ਉਹੀ ਪਾਈਆਂ ਸੀ ਇਹਦੇ ਪੈਰਾਂ 'ਚ ਦੀ ਉਹ ਕੁੜੀ ਵੀ ਇੱਥੇ ਜਿਹਨੇ ਫੋਨ ਕਰਨਾ ਸੀ ਕਹਿੰਦੀ ਆਹ ਨਵੀਂ ਆਈਟਮ ਲੱਗੀ ਤੇ ਹੁਣ ਆਪਾਂ ਘਰੇ ਚੱਲਦੇ ਆ ਮੇਰੀ ਲੱਤ ਸਲੈਂਸਰ ਨਾਲ ਲੱਗ ਗਈ ਇੰਨੀ ਮੱਚ ਰਹੀ ਠੀਕ ਹੈ ਜੀ ਮੈਨੂੰ ਹਲੋੜੇ ਪੈਂਦੇ ਮੈਂ ਘਬਰਾਏ ਬਹਿ ਜਾ ਨਾ ਹੋਰ ਆਪਾਂ ਕੀ ਕਰ ਸਕਦੇ ਆ ਜਿਹੜਾ ਜੱਟਾ ਪਤਾ ਲੱਗ ਜੇ ਹੁਣ ਥੱਪੜਾਂ ਦੀ ਗੂੰਜ ਹੋਣੀ ਚਾਹੀਦੀ ਆ ਕੱਦਾ ਗੱਲ ਤੇ ਲਾ ਦੇ ਦਿਸ ਇਜ਼ ਮਾਈ ਫੇਵਰਿਟ ਥਿੰਗ ਟੂ ਡੂ ਜਵਾਬ ਕਰ ਲੜਾਉਣੇ ਤੂੰ ਆ ਰਿਹਾ ਰੋਡ ਪਿੱਟ ਗਈ ਹਾਏ ਹਾਏ ਕਿਨਵੀਂ ਜਾ ਤੂੰ ਹੁਣ ਜੀ ਦੇਖ ਲਓ ਮੁੰਡਾ ਘਰ ਦੇ ਪੂਰੇ ਕੰਮ ਕਰਾਉਂਦਾ ਤੇ ਰਿਸ਼ਤੇਦਾਰੀ ਜਿੱਥੇ ਆਏ ਸੀਗੇ ਉਹ ਹੁਣ ਬਾੜੀ ਨੂੰ ਪਾਣੀ ਦੇਣਾ ਹੈ ਫੁੱਲ ਪੌਦਿਆਂ ਨੂੰ ਤੂੰ ਕਿਨਵੀਂ ਚ ਮੈਂ 6ਵੀਂ ਚ ਤੈ ਕਿਹੜੇ ਕਿਹੜੇ ਬੂਟੇ ਲਾਏ ਨੇ ਸਾਰੀ ਫਿਰ ਵੀ ਇੱਧਰ ਕਿਹੜੇ ਕਿਹੜੇ ਲਾਏ ਨੇ ਸਭ ਮੈਂ ਲਾਏ ਹਾਂ ਹਰ ਤੈ ਲਾਏ ਹਨ ਬੜੇ ਲੱਗਦਾ ਤੈਨੂੰ ਇਹ ਕੰਮ ਕਰਨਾ ਇੰਦਰਾ ਮੂਵੀ ਦੇਖੀ ਆ ਇੰਦਰਾ ਟਰੜਾ ਟਾ ਟਾ ਲਓ ਵੀ ਜਵਾਕਾਂ ਦੀ ਰੇਸ ਹੋਣ ਲੱਗੀ ਆ ਆਹ ਲਾਈਨ ਆਪਾਂ ਵੀ ਰੱਖ ਦਿੰਨੇ ਆ ਖੜ ਜਾ ਦੇਖਾਂਗੇ ਕਿਹੜਾ ਜਿੱਤ तो आप पहले रेस में आगे रहते हैं फिर हार जाते हैं इसका क्या कारण है आप जीतने पे क्या कहेंगे क्या हो क्या रहा है अब टैंकी भर चुकी है ओ माय गॉड देखिए वहां से पानी की धार आ बहती हुई तो जवाकां दी खेड़ा करवानी है जवाकां नाल लड़ना मैनू आप भी कोलना बड़ा पसंद है अजे सारा दिन आपां कुड़ी गए हां ना ਇਹਦੀ ਛੋਟੀ ਭੈਣ ਵੀ ਜਵਾਕਾਂ ਨਾਲ ਨਹੀਂ ਬੜਿਆਂ ਨਾਲ ਵੀ ਡੈਡੀ ਨਾਲ ਸਾਰੇ ਨਾਲ ਮੈਂ ਰਿਸ਼ਤੇਦਾਰੀਆਂ 'ਚ ਹਰੇਕ ਨਾਲ ਘੁੱਲਦਾ ਜਿਹਦੇ ਨਾਲ ਮੈਂ ਮਤਲਬ ਪਿਆਰ ਹੋਵੇ ਮੈਨੂੰ ਵਧੀਆ ਲੱਗਦਾ ਘੁੱਲਾਂ ਆਪਣੇ ਆੜੀਆਂ ਨਾਲ ਸਾਰਿਆਂ ਨਾਲ ਵੀ ਲੜ ਕੇ ਦੇਖਣਾ ਪੰਜੇ ਲਾਉਣੇ ਇਹ ਚੀਜ਼ ਮੈਨੂੰ ਵਧੀਆ ਲੱਗਦੀ ਆ ਸੋ ਜੇ ਮੈਂ ਤੁਹਾਡੇ ਨਾਲ ਨਹੀਂ ਘੁੱਲਿਆ ਹੈਗਾ ਅੱਜ ਤੱਕ ਸੋ ਇਟ ਮੀਨਸ ਆਪਣਾ ਰਿਸ਼ਤਾ ਹੋਰ ਗਹਿਰਾ ਹੋ ਸਕਦਾ ਹਲੇ ਆ ਗਿਆ ਪਿੰਡ ਸਾਡਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸ਼ਸ਼ਾਨਾ 'ਚ ਕੇਕ ਬਣਾ ਰਹੀ ਸੀ ਮੇਰੇ ਵਾਸਤੇ ਸਰਪ੍ਰਾਈਜ਼ ਕੇਕ ਪਰ ਇਹਨੇ ਵੱਡੀ ਸਰਪ੍ਰਾਈਜ਼ ਦਿੱਤਾ ਇਹਦਾ ਹੱਥ ਜਲ ਗਿਆ ਜੇ ਤੁਸੀਂ ਦੇਖਣਾ ਵੀ ਇਹਦਾ ਹੱਥ ਕਿਵੇਂ ਜਲਿਆ ਵਾ ਤਾਂ ਇਹਦੇ ਚੈਨਲ ਦੇ ਉੱਤੇ ਵੀਡੀਓ ਪਈ ਆ ਉਹ ਦੇਖ ਸਕਦੇ ਤੁਸੀਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਰ ਅਸੀਂ ਹਿੰਮਤ ਨਹੀਂ ਹਾਰੀ ਮਾੜਾ ਜਿਹਾ ਕੇਕ ਵੀ ਸੜ ਗਿਆ ਸੀਗਾ ਪਰ ਕੇਕ ਨੂੰ ਅਸੀਂ ਸੜਿਆ ਨਹੀਂ ਸੀ ਥੱਲੇ ਲੱਗ ਗਿਆ ਸੀਗਾ ਖੁਰਚ ਖੁਰਚ ਕੇ ਕੱਢ ਲਿਆ ਕੇਕ ਦੇ ਉੱਤੇ ਪਾ ਲਈ ਹੁਣ ਆਈਸਿੰਗ ਮਾੜੀ ਮਾੜੀ ਉੱਤੇ ਪਾ ਲਏ ਮੈਂਗੋਸ ਇਹ ਵੀ ਘੈਂਟ ਬਣਿਆ ਵਾ ਸਟਿਲ ਥੈਂਕ ਯੂ ਡੈਡੀ ਜੀ ਆ ਗਏ ਮੋਟਰ ਤੋਂ ਹੁਣ ਡੈਡੀ ਜੀ ਲਈ ਫਟਾਫਟ ਥੋੜ੍ਹਾ ਜਿਹਾ ਗਰਮ ਕਰ ਲਈਏ ਡੈਡੀ ਤਾਂ ਵੈਸੇ ਕਹਿੰਦੇ ਹੁੰਦੇ ਨੇ ਵੀ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ਪਰ ਅੱਜ ਫਾਦਰਸ ਡੇ ਆ ਜੀ ਹੈਪੀ ਫਾਦਰਸ ਡੇ ਫਾਦਰਸ ਡੇ ਆ ਜੀ ਹੈਪੀ ਫਾਦਰਸ ਡੇ ਗੁੱਡ ਸ਼ਾਬਾਸ਼ ਇਹ ਦਰਸ਼ਨ ਤਾਂ ਇਹ ਬਣਾਇਆ ਕਿ ਇਹਨਾਂ ਨੇ ਬਣਾਇਆ ਫਾਦਰਾਂ ਫੂਦਰਾਂ ਵਾਲਿਆਂ ਨੇ ਕੋਈ ਨਹੀਂ ਬਣਾਇਆ ਹੈਗਾ ਉਹਨਾਂ ਦੀ ਮੰਮੀ ਨਹੀਂ ਬਣਾਇਆ ਚੱਲ ਫਿਰ ਆਪਾਂ ਮਹਾਲੀ ਕੋਠੀ ਲਈਏ ਕਿਰਾਏ ਤੇ
ਡੈਡੀ ਨੇ ਚੇਂਜ ਕਰ ਲਿਆ, ਪਹਿਲਾਂ ਅਸੀਂ ਦਰਾਹੇ ਰਿਹਾ ਕਰਾਂਗੇ, ਤੁਸੀਂ ਸਾਨੂੰ ਤੰਗ ਕਰਦੇ ਆ, ਹੁਣ ਡੈਡੀ ਨੇ ਮੋਹਾਲੀ ਇਹ ਕਰਤਾ। ਕਿਵੇਂ ਲੱਗਿਆ ਡੈਡੀ? ਡੈਡੀ ਕਹਿੰਦਾ ਮਤਲਬ ਚਲੀ ਜਾਓ, ਬਾਏ ਬਾਏ ਥੋੜੀ ਕਰਨਾ, ਬਾਏ ਬਾਏ ਦਾ ਮਤਲਬ ਗੱਲਾਂ ਬਾਤਾਂ ਚੱਲ ਰਹੀਆਂ ਨੇ ਜਨਾਬ। ਜਿਹੜਾ ਆਪਣਾ ਪਹਿਲਾਂ ਪਿੰਡ ਸੀਗਾ ਨਾ, ਹਾਂਜੀ, ਪਿੰਡ ਉਹ ਰਿਹਾ ਨਹੀਂ ਹੁਣ ਆਪਣਾ। ਜਦੋਂ ਪਹਿਲਾਂ ਆਪਾਂ ਸਰਪੰਚ ਬਣਾਇਆ ਰਾਜਵਿੰਦਰ ਸਿੰਘ, ਹਾਂਜੀ, ਬੜੀਆਂ ਸਹੂਲਤਾਂ ਲਿਆਇਆ, ਮੈਂ ਆਲ ਇੰਡੀਆ ਘੁੰਮਦਾ ਆਪਣੇ ਬਾਹਰ ਸਾਡੇ ਸਰਪੰਚ ਸਾਹਿਬ ਦੀਆਂ, ਮੈਂ ਪੰਚ ਸੀ ਉਦੋਂ, ਬਾਹਰ ਜਾਣੀ ਸਾਡੇ ਪਿੰਡ ਦੇ ਲੋਕ ਦੀਆਂ ਪਿੰਡ ਦੀਆਂ ਬੇਗੋਵਾਲ ਦੀਆਂ ਗੱਲਾਂ ਹੁੰਦੀਆਂ ਸੀ, ਐਂ ਪੁੱਛਦੇ ਸੀਗੇ ਵੀ ਇੱਕ ਬੇਗੋਵਾਲ ਲੁਧਿਆਣੇ ਜ਼ਿਲ੍ਹੇ 'ਚ ਵੀ ਉੱਥੇ ਸਰਪੰਚ ਆ ਰਾਜਵਿੰਦਰ ਸਿੰਘ, ਹਾਂਜੀ, ਬਹੁਤ ਵਧੀਆ ਬੰਦਾ, ਬਾਹਰੋਂ ਵੀ ਲਿਆ ਕੇ ਗਰਾਂਡਾ ਲਾਉਂਦਾ ਉੱਥੇ। ਦੂਜਾ ਨੰਬਰ ਮੈਂ ਭੋਪਾਲ ਗਿਆ, ਭੋਪਾਲ ਜਦੋਂ ਗਿਆ ਉੱਥੇ ਸਾਡੇ ਬੰਦੇ ਗੱਲ ਚੱਲ ਪਈ, ਖੁਸ਼ੀ ਪ੍ਰਧਾਨ ਜੀ ਮੈਂ ਮਿਲੇ ਕੋਲਾ, ਖੁਸ਼ੀ ਮੁਹੰਮਦ ਮਿਲੇ ਕੋਲਾ, ਅਤੇ ਸਾਡਾ ਕੇਵਲ ਸਿੰਘ ਐਮ ਪੀ ਸਾਬਕਾ, ਅਸੀਂ ਇਕੱਠੇ ਬੈਠੇ ਜੀ। ਉਹਨਾਂ ਬਾਹਰਲਿਆਂ ਨੇ ਪੁੱਛਿਆ ਵੀ ਬੇਗੋਵਾਲ ਇੱਕ ਲੁਧਿਆਣੇ ਜ਼ਿਲ੍ਹੇ 'ਚ, ਉਹਦੀਆਂ ਗੱਲਾਂ ਬਹੁਤ ਆਉਂਦੀਆਂ ਨੇ, ਅਤੇ ਉਹ ਕਹਿੰਦੇ ਬਈ ਹਾਂ, ਕਹਿੰਦੇ ਬੰਦਾ ਬੇਗੋਵਾਲ ਦਾ ਆਇਆ ਹੋਇਆ ਆਪਣੇ ਵਿੱਚ ਬੈਠਾ, ਉਹ ਕਹਿੰਦੇ ਸਾਨੂੰ ਦੱਸੋ ਕਿਹੜਾ। ਫਿਰ ਉਹ ਮੈਨੂੰ ਕਹਿੰਦਾ ਸਾਡਾ ਪ੍ਰਧਾਨ ਜੀ ਮੋਹਣੇ ਵਾਂ, ਹਾਂ ਜੀ, ਕਹਿੰਦਾ ਬਈ ਇਹ ਪੁੱਛਦੇ ਨੇ ਬੇਗੋਵਾਲ ਕਿਵੇਂ ਆ, ਅਸੀਂ ਦੇਖਣ ਆਉਣਾ ਵਾਂ, ਜਾਂ ਮਰਜ਼ੀ ਆ ਜਾਣ ਜੀ, ਪਹਿਲਾਂ ਫੋਨ ਕਰ ਦੇਣਾ ਆਪਾਂ ਨੂੰ ਆਉਣ ਲੱਗੇ, ਫਿਰ ਆਪਾਂ ਇਹਨਾਂ ਨੂੰ ਦੱਸਾਂਗੇ ਬਈ ਆ ਜਾ ਭਾਈ, ਰਾਜ ਸਰਪੰਚ ਜੀ ਨੂੰ ਬੁਲਾਉਂਦੇ ਹਾਂ, ਤੁਹਾਨੂੰ ਸਾਰੇ ਮਿਲਾਵਾਂਗੇ ਪਿੰਡ ਦੇ ਵਧੀਆ ਵਧੀਆ। ਅਤੇ ਜਦੋਂ 24 ਘੰਟੇ ਵਾਲੀ ਲਾਈਟ ਆਈ ਆਪਣੇ ਤਹਿਸੀਲਦਾਰ ਆ ਜਿਹੜਾ ਇਹਦਾ ਭਾਈ ਹੁੰਦਾ ਸੀ ਜਮਾਈ ਭਾਨ ਜਮਾਈ ਭੁੱਲਰ ਸਾਹਿਬ, ਉਹਦਾ ਬੜਾ ਭਾਈ ਸੀ ਚੇਅਰਮੈਨ ਆਪਣੇ ਬਿਜਲੀ ਦਾ, ਅਤੇ ਉਹ ਉਦਘਾਟਨ ਕਰਕੇ ਗਿਆ ਸੀ, ਬੜਾ ਜਿਹੜੀ ਲੋਕਾਂ ਨੂੰ ਚਾਓ ਹੋਇਆ। ਅਤੇ ਹੁਣ ਤੁਹਾਡੇ ਸਾਹਮਣੇ ਹਰ ਬੰਦਾ ਹੀ ਕਹਿੰਦਾ ਮੈਂ ਸਰਪੰਚੀ ਕਰਾਂ ਪਿੰਡ ਦੀ। ਪਹਿਲਾਂ ਜਦੋਂ ਆਪਾਂ ਬਣਿਆ ਸਰਪੰਚ ਸਾਹਿਬ, ਜਦੋਂ ਇੱਕ ਆਇਆ ਸੀ ਆਪਣੇ ਹਸਪਤਾਲਾਂ ਦਾ, ਉਹ ਕਹਿੰਦਾ ਜਦੋਂ ਮੈਂ ਨਹਿਰ ਤੋਂ ਮੁੜਿਆ ਬੇਗੋਵਾਲ ਨੂੰ, ਕਹਿੰਦਾ ਮੈਨੂੰ ਐਂ ਲੱਗੇ ਵੀ ਮੈਂ ਚੰਡੀਗੜ੍ਹ ਆ ਵੜਿਆ। ਜਦੋਂ ਫੁੱਟਪਾਸ ਸਾਰੇ ਰੰਗ ਰੁੰਗ ਕੀਤਾ ਹੁੰਦਾ ਸੀਗਾ, ਅਤੇ ਵੀ ਮੈਂ ਬੇਗੋਵਾਲ ਆ ਵੜਿਆ ਨਾ ਚੰਡੀਗੜ੍ਹ, ਜਿਹੜੀ ਇੰਨਾ ਸੁੰਦਰ ਬਣਿਆ ਸੀ। ਹੁਣ ਲੋਕਾਂ ਨੇ ਕੀ ਕੀਤਾ, ਇਹ ਜ਼ਿਮੀਂਦਾਰਾਂ ਨੇ ਰਿਓ ਕੱਢਣ ਦੇ ਮਾਰਿਆਂ ਨੇ, ਕੋਈ ਹੋਰ ਕਰਕੇ ਮਾਰ ਮਾਰ ਕੇ ਟਰਾਲੀ ਦੇ ਪਿੱਠਾਂ ਸਾਰੇ ਇੱਕੋ ਹੀ ਕਰਤਾ ਸਾਰਾ ਕੁਛ, ਜਿਹੜੀ ਆਪਣੇ ਪਿੰਡ ਨੂੰ ਦੇਖ ਕੇ ਵਧੀਆ ਬਣੇ ਹੋਏ ਨੂੰ ਕੋਈ ਕਿਸੇ ਨੇ ਚਾਹਿਆ ਨਹੀਂ ਵੀ ਇਹ ਵਧੀਆ ਬਣਿਆ ਹੋਇਆ, ਅਸੀਂ ਪਿੱਛੇ ਸੁੱਟੀਏ ਨਾ ਨਾ, ਘਰੋਂ ਚੱਕ ਕੇ ਬਈਆਂ ਨੇ ਮੂਹਰੇ ਛੱਡ ਜਾਣਾ ਗੋਹਾ, ਜਿੰਨਾ ਹੁਣ ਗੰਦਾ ਉਹਨਾਂ ਦਾ ਕਦੇ ਗੰਦ ਦੇਖੇ ਨਹੀਂ, ਟੋਬੇ ਨੇ ਉਹ ਦੇਖੋ ਸਾਡੇ ਕਿੰਨੇ ਭਰੇ ਫਿਰਦੇ ਨੇ, ਹਾਂਜੀ, ਹੈ ਜੀ, ਗਰੀਬ ਵੀ ਕੋਈ ਨਹੀਂ ਸੁਣਦਾ, ਆਹ ਤਕੜਿਆਂ ਕੰਨੀ ਨੂੰ ਭੱਜਦੇ ਨੇ, ਇਹ ਗਰੀਬਾਂ ਦਾ ਟੋਭਾ ਤਾਂ ਕਰਕੇ ਨਹੀਂ ਨਿਕਲਦਾ। ਉੱਧਰ ਲੈ ਪੈਸੇ ਸੀਗਾ ਸਾਡੇ ਰੂਪ ਸਿੰਘ ਕੰਨੀ ਟੋਭਾ, ਉਹਦਾ ਅੰਦਰ ਪਾਣੀ ਪਾ ਕੇ ਕੱਢਤਾ, ਜੇ ਨਹੀਂ ਕੱਢਿਆ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ, ਆਹ ਸਾਡਾ ਲੱਗਿਆ ਪਿਆ ਮੱਛਰ 'ਚ ਮਰਦੇ ਹਾਂ, ਠੀਕ ਆ, ਕੋਈ ਨਾ ਵੀ ਵਾਰੀ ਆ ਜੂਗੀ ਜੀ, ਇਹਦੀ ਵਾਰੀ ਆ ਜੂਗੀ, ਹਾਂਜੀ ਹਾਂਜੀ, ਇਹ ਬੜਾ ਜਣੀ ਇੱਥੇ ਪਾਣੀ ਦਾ ਬਹੁਤ ਹੋ ਗਿਆ, ਪਾਣੀ ਦਾ ਨਹੀਂ ਹੋਇਆ ਬਹੁਤਾ, ਉਹ ਇਹ ਹੋ ਗਿਆ ਬਹੁਤੀਆਂ ਸੜਕਾਂ ਆਪਣੀਆਂ ਆਲੇ ਦੁਆਲੇ ਉੱਚੀਆਂ ਹੋ ਗਈਆਂ, ਬੰਨ ਲੱਗ ਕੇ ਖੜ ਗਿਆ, ਅੱਗੇ ਤਾਂ ਇਹ ਪਾਣੀ ਇੱਥੋਂ ਛੱਡਿਆ ਆ, ਉਹ ਬੱਦੂਆਂ ਦੀ ਬਸਤੀ ਆ ਜਿਹੜੀ ਰੇਲਵੇ ਰੋਡ ਉਹਦੇ ਥੱਲੇ ਪੂਰੀ ਸੀਗੀ, ਉੱਥੇ ਨੂੰ ਜਾ ਨਿਕਲਦਾ ਸੀ ਆਪਣੇ ਬੇਗੋਵਾਲ ਦਾ ਪਾਣੀ ਸਾਰਾ, ਉਹ ਤਾਂ ਨਿਕਲਦੇ ਨਹੀਂ ਕਿਤੇ, ਉੱਚਾ ਹੋ ਗਿਆ ਕੰਮ, ਹਾਂਜੀ, ਅਤੇ ਬਾਕੀ ਹੁਣ ਸਾਡੇ ਪਿੰਡ ਦਾ ਜਿਹੜਾ ਪਿੰਡ 'ਚ ਵੇਚਦਾ ਸੀ ਆਪਣੇ ਭਾਂਡੇ ਬਣਾ ਬਣਾ ਕੇ, ਹਾਂਜੀ,
कच्चे भांडे ये बैठा है तो पुछो दसो कि क्या भाई ठीक नहीं कर।